ਸਤਿ ਸ਼੍ਰੀ ਅਕਾਲ ਜੀ, ਕਿਆ ਹਾਲ ਚਾਲ ਹੈ ਤੁਹਾਡਾ, ਅਤੇ ਸਵਾਗਤ ਹੈ ਮਾਰੇ ਨਵੇਂ ਵਲੋਗ ਮਾ। ਅੱਜ ਸਵੇਰ ਦੇਖੋ, ਸਵੇਰੇ ਕਿ 6 ਵੱਜ ਗਏ ਅਤੇ ਦਿਨ ਚੜ ਗਿਆ ਐਨ ਪੂਰਾ ਵਧੀਆ। ਅਤੇ ਅੱਜ ਦੇ ਵਲੋਗ 'ਚ ਤੁਹਾਡਾ ਸਵਾਗਤ ਹੈ। ਅੱਜ ਮੈਂ ਜਾ ਰਿਹਾ ਪੱਗਾਂ ਬੰਨਣ। ਮੈਂ ਕਰਦਾ ਕੰਮ ਬਾਈ ਦਾ ਨਾਮ ਹੈ ਸਾਫਟ ਅਰਬਨ। ਪੰਜਾਬ ਅਸੀਂ ਜਦ ਬੈਠੇ ਹੁੰਦੇ ਹਾਂ, ਅਸੀਂ ਸੋਚਦੇ ਹਾਂ ਅਸੀਂ ਕੈਨੇਡਾ ਜਾਊਂਗੇ, ਜੇ ਸਾਨੂੰ ਆਪਣੀ ਚੋਇਸ ਦਾ ਜਾਂ ਕਿਸੇ ਹੋਰ ਚੀਜ਼ ਦਾ ਐਂ ਜਿਹਨੂੰ ਚਾਅ ਹੁੰਦਾ ਉਸਦਾ ਕੰਮ ਮਿਲ ਜਾਣਾ, ਉਹ ਨਜ਼ਾਰਾ ਹੀ ਆ ਜਾ। ਅਤੇ ਬਾਈ ਮੈਨੂੰ ਵੀ ਪੱਗਾਂ ਬੰਨਣ ਦਾ ਬਹੁਤ ਸ਼ੌਂਕ ਹੈ, ਅਤੇ ਇੰਡੀਆ ਮੈਂ ਕਾਫੀ ਪੱਗਾਂ ਸਜਾਉਂਦਾ ਰਿਹਾ ਸਾਰਿਆਂ ਦੀ, ਵਿਆਹ ਵਾਲੇ ਹੁੰਦੇ ਆ, ਭਰਾ ਹੁੰਦੇ ਆ, ਸਾਰਿਆਂ ਦਾ। ਫਿਰ ਇਹਨਾਂ ਨਾਲ ਮੈਂ ਜੁੜਿਆ, ਹੁਣ ਮੈਂ ਪੱਗਾਂ ਬੰਨਣ ਜਾਂਦਾ ਸਾਰਿਆਂ ਦਾ, ਮਤਲਬ ਜਿਹੜੇ ਵਿਆਹ ਹੁੰਦੇ ਆ, ਕੋਈ ਵੀ ਫੰਕਸ਼ਨ ਹੋਇਆ, ਅਤੇ ਜਿਹੜੀ ਮਰਜ਼ੀ ਪੱਗ ਬਣਾ ਲਓ ਬਾਈ, A to Z ਸਾਰੀਆਂ ਪੱਗਾਂ ਬੰਨਦੇ ਆ ਇੱਥੇ। ਇੰਡੀਆ ਤੋਂ ਸੋਚ ਕੇ ਆਇਆ ਤਾਂ ਕਿ ਅਗਰ ਮੈਂ ਬਰੈਂਪਟਨ ਜਾਂ ਕੈਨੇਡਾ ਜਾਊਂਗਾ, ਉੱਥੇ ਜੇ ਮੈਨੂੰ ਮੇਰੀ ਪਸੰਦ ਦਾ ਪੱਗਾਂ ਬੰਨਣ ਦਾ ਕੰਮ ਮਿਲ ਜਾਣਾ, ਨਜ਼ਾਰਾ ਹੀ ਆਜੂਗਾ। ਅਤੇ ਬਾਈ ਉਹੀ ਹੋਇਆ, ਮੈਨੂੰ ਕੰਮ ਮਿਲ ਗਿਆ ਪੱਗਾਂ ਵਾਲਾ। ਹੁਣ ਮੈਂ ਜਾਂਦਾ, ਜਦ ਮੈਨੂੰ ਫੰਕਸ਼ਨਾਂ ਦਾ ਅਪੋਇੰਟਮੈਂਟ ਆਉਂਦੀ ਹੈ, ਖੁਸ਼ ਬਾਈ ਨਜ਼ਾਰਾ, ਜਿਸ ਕੰਮ ਵਾ ਤੁਹਾਡਾ ਦਿਲ ਲੱਗਦਾ ਉਹ ਕੰਮ ਮਿਲਿਆ ਵਾ। ਫਿਰ ਸਾਜਰੇ ਉੱਠ ਕੇ ਚਲੀ ਜਾਂਦੇ ਨੇ, 2-3 ਘੰਟਿਆਂ ਵਾ ਘਰ ਮੁੜਿਆ ਵਾ ਬਸ। ਅਤੇ ਬਾਈ ਜਿਹੜੀ ਆ ਸਾਫਟ ਅਰਬਨ ਸ਼ੋਪ ਹੈ, ਇਸ 'ਤੇ ਸਮੇਂ ਸਾਰਾ ਕੁਛ ਲੈ ਸਕਦੇ ਆ, ਜਿੱਦਾਂ ਕਿ ਵਿਆਹ ਦਾ ਕੁਛ ਵੀ ਹੋਏ, ਸ਼ੇਰਵਾਨੀ ਤੋਂ ਲੈ ਕੇ ਹੈ ਐਂਡ ਤੱਕ ਜੋ ਵੀ ਲੱਗਦਾ ਮਤਲਬ ਕੱਪੜਿਆਂ ਦਾ, ਸਾਰਾ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ। ਪੱਗਾਂ ਤੋਂ ਲੈ ਕੇ ਮਤਲਬ ਸਾਰਾ ਕੁਛ, ਅਗਰ ਤੁਸੀਂ ਆਪਣਾ ਮਤਲਬ ਮਨਚਾਹਾ ਕੁਛ ਬਣਾਉਣਾ ਚਾਹੁੰਦੇ ਹੋ, ਉਹ ਵੀ ਉਹ ਤੁਹਾਨੂੰ ਬਣਵਾ ਕੇ ਦਊਂਗੇ। ਅਤੇ ਬਾਈ ਹੁਣ ਮੈਂ ਜਾ ਰਿਹਾ ਇੱਕ ਵਿਆਹ, ਮੈਨੂੰ ਅਪੋਇੰਟਮੈਂਟ ਮਿਲੀ, ਮੈਂ ਤੁਹਾਨੂੰ ਦਿਖਾਊਂਗਾ ਅੱਜ ਬਾਈ ਕਿੱਦਾਂ ਉੱਥੇ ਸਾਰਾ ਦਾ ਪੱਗਾਂ ਬੰਨਦੇ ਹੈ, ਕਿੱਦਾਂ ਸਾਰਾ ਮਾਹੌਲ ਰਹਿੰਦਾ, ਮੈਂ ਸਾਰਾ ਦਿਖਾਊਂਗਾ ਤੁਹਾਨੂੰ ਅੱਜ। 7 ਵਜੇ ਪਹੁੰਚਣਾ ਉੱਥੇ, ਇਹਨਾਂ ਨੂੰ ਪਹੁੰਚਣਾ ਮੈਂ ਉੱਥੇ ਪੂਰੇ ਪੂਰੇ ਟਾਈਮ ਪਾ। ਲਓ ਬਈ ਮੈਂ ਆ ਗਿਆ, ਬੱਸ ਨੇ ਕਰਤਾ ਤਾਂ ਬਹੁਤ ਜ਼ਿਆਦਾ ਲੇਟ, ਇਹ ਮਤਲਬ ਬਹੁਤ ਜ਼ਿਆਦਾ ਨਹੀਂ 10 ਮਿੰਟ ਲੇਟ ਕਰਤਾ, ਫਿਰ ਮੈਂ ਆ ਗਿਆ ਘਰ ਆ ਗਿਆ।
ਆਹ ਦੇਖੋ ਜੀ, ਕਰਾ ਰਹੇ ਫੋਟੋ ਸ਼ੂਟ ਅਤੇ ਆਪਾਂ ਸਜਾ ਦਿੱਤੀ ਪੱਗਾਂ, ਅਤੇ ਹੁਣ ਇਹਨਾਂ ਦਾ ਪੱਲਾ ਸੈੱਟ ਕਰਨਾ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਫਾ ਟਰਬਨ, ਸਾਫਾ ਟਰਬਨ ਇੱਕ ਟੀਮ ਸਟਾਈਲਿਸਟ ਹੈਗੀ ਆ, ਜਿਹੜਾ ਕਿ ਗਰੂਮ ਦੀ ਪੱਗਾਂ ਸਜਾਉਣ ਤੋਂ ਲੈ ਕੇ ਉਹਨੂੰ ਪ੍ਰੋਪਰਲੀ ਡਰੈਸਅਪ ਕਰਨ ਤੱਕ, ਉਹਦੇ ਨਾਲ ਨਾਲ ਜੇ ਕਿਸੇ ਨੇ ਸਟੋਰ ਤੋਂ ਆਊਟਫਿਟਸ ਪਰਚੇਸ ਕਰਨੇ ਆ ਤੁਸੀਂ ਉਹ ਵੀ ਸਾਡੇ ਕੋਲ ਕਰ ਦਿਓ। ਸਾਡੇ ਕੋਲ ਇੱਕ ਕੰਪਲੀਟ ਪੈਕੇਜ ਹੈਗਾ ਸਾਰਾ। ਵੈਰੀ ਸੂਨ ਅਸੀਂ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਪਿਕਚਰਸ ਬਿਹਾਈਂਡ ਦਾ ਸੀਨ, ਅਸੀਂ ਕਿਵੇਂ ਸਾਰਾ ਪ੍ਰੋਸੈਸ ਨੂੰ ਵਰਕ ਕਰਦੇ ਹਾਂ ਸਟਾਰਟ ਤੋਂ ਲੈ ਕੇ ਐਂਡ ਤੱਕ, ਤੁਹਾਨੂੰ ਸਾਰੀ ਵੀਡੀਓਜ਼ ਪਾ ਕੇ ਪ੍ਰੋਪਰ ਤਰੀਕੇ ਦੇ ਨਾਲ ਸਾਰਾ ਸਮਝਾਵਾਂਗੇ। ਸੋ ਸਾਡੇ ਨਾਲ ਕਨੈਕਟ ਰਹੋ। ਸਾਫਾ ਟਰਬਨ ਜਿਹੜੀ ਸਾਫਾ ਟਰਬਨ ਦੀ ਸਰਵਿਸ ਹੈ ਉਹ ਇੱਕ ਪੱਗਾਂ ਬੰਨਣ ਤੱਕ ਸੀਮਤ ਨਹੀਂ ਹੈਗੀ। ਪੱਗਾਂ ਦੇ ਨਾਲ ਗਰੂਮ ਨੂੰ ਕਿੱਦਾਂ ਦੀ ਕਲਗੀ ਲਾਉਣੀ ਆ ਜਾਂ ਕਿੱਦਾਂ ਦਾ ਪੱਲਾ ਸੈੱਟ ਕਰਨਾ, ਸਾਰੀਆਂ ਸਰਵਿਸਿਸ ਇੱਕ ਸਟਾਈਲਿਸਟ ਹੀ ਤੁਹਾਨੂੰ ਪ੍ਰੋਵਾਈਡ ਕਰ ਸਕਦਾ। ਸੋ ਕਿੱਥੇ ਤੁਸੀਂ ਰੀਚ ਕਰਨਾ? ਸਾਫਾ ਟਰਬਨ, ਵਨ ਸਟੋਪ ਸ਼ਾਪ। ਥੈਂਕ ਯੂ। ਹਮੇ ਕਰਿਆ ਬਈ ਲਾੜੇ ਅਤੇ ਸਵਾਲੜਾ ਅਤੇ ਉਹਨਾਂ ਦੇ ਪਰਿਵਾਰ ਨੂੰ ਤਿਆਰ ਕਰਕੇ ਯਾਰ ਪੱਗਾਂ ਬੰਨ ਕੇ ਉਹਨਾਂ ਦਾ ਸੋਹਣੇ ਜਿਹੇ ਬਣਾ ਗਿਆ, ਅਤੇ ਹੁਣ ਮੈਂ ਚੱਲਿਆ ਬਾਈ ਘਰਾਂ ਨੂੰ। ਅਤੇ ਅਗਰ ਕਿਸੇ ਨੇ ਵੀ ਬਾਈ ਪੱਗਾਂ ਬਣਾਉਣੀ ਹੋਇਆ ਬਰੈਂਪਟਨ ਦੇ ਵਿੱਚ, ਪੂਰੇ ਮਤਲਬ ਕੈਨੇਡਾ ਵਾ, ਟੋਰਾਂਟੋ ਵਾ, ਇੱਧਰ ਸਾਡੇ ਏਰੀਆ 'ਚ ਮਿਸੀਸਾਗਾ, ਅਤੇ ਆਹ ਦੇਖੋ ਜੀ ਸਾਫਾ ਟਰਬਨ, ਇਹਨਾਂ ਨਾਲ ਕੰਟੈਕਟ ਕਰੋ ਜੀ। ਸਵੇਰੇ 7 ਵਜੇ ਆਇਆ ਤਾ ਮੈਂ ਉਹ 7 ਵਜੇ, ਅਤੇ ਹੁਣ 9 ਵੱਜ ਗਏ ਪੂਰੇ, ਦੇਖ ਲਓ 2 ਘੰਟੇ ਮੈਂ ਵਿਹਲਾ ਹੋ ਗਿਆ। ਇੰਨਾ ਕੰਮ ਹੁੰਦਾ ਸਾਡਾ। ਹੁਣ ਮੈਂ ਚੱਲਿਆ ਘਰਾਂ ਨੂੰ, ਬੱਸ ਲੈਣੀ ਉਹ ਖੜਿਆ ਬੱਸ ਸਟੋਪ, ਬੱਸ ਲੈ ਕੇ ਜਾਏਂਗੀ ਗਰਕੋ, ਅਤੇ ਜਾ ਕੇ ਹੋਰ ਕੰਮ ਆਪਾਂ ਕਰ ਸਕਦੇ ਹਾਂ ਕੋਈ ਵੀ। ਲਓ ਜੀ ਮੈਂ ਆ ਗਿਆ ਹੁਣ ਸ਼ੈਰੀਡਨ ਪਹੁੰਚ ਗਿਆ, ਉਹ ਸ਼ੈਰੀਡਨ ਕਾਲਜ ਆ ਉੱਥੇ, ਅਤੇ ਆ ਸ਼ੈਰੀਡਨ ਪਲਾਜ਼ਾ। ਆਹ ਦੇਖੋ ਜੀ ਖਾਲੀ ਪਈ ਆ ਬੱਸ, ਕੋਈ ਵੀ ਨਹੀਂ ਹੈਗਾ, ਐਂ ਤੁਰੀ ਜਾਵਾਂ ਉਹ ਬੱਸਾਂ ਖਾਲੀ।